ਸੋ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਨਾ ਉਹਨਾਂ ਨੇ ਛੋਟੇ ਬਿਜ਼ਨਸ ਨੂੰ ਬਹੁਤ ਮਾਰਿਆ, ਖਾਸ ਕਰਕੇ ਐਮਾਜ਼ੋਨ ਤੇ ਵਾਲਮਾਰਟ ਨੇ। ਐਮਾਜ਼ੋਨ ਵਾਲਮਾਰਟ ਨੇ ਆਪਣੇ ਵੇਅਰ ਹਾਊਸ ਐਵਰੀ ਸਟੇਟ ਦੇ ਵਿੱਚ, ਲਗਭਗ ਐਵਰੀ ਸ਼ਹਿਰ ਦੇ ਵਿੱਚ ਪੁੱਟ ਕਰ ਦਿੱਤੇ ਆ, ਤੇ ਉਹ ਕਸਟਮਰਸ ਨੂੰ ਆਪਣੇ ਟਰੱਕ ਯੂਜ਼ ਕਰਕੇ ਡਾਇਰੈਕਟਲੀ ਸ਼ਿਪ ਜਿਹੜੇ ਕਰ ਰਹੇ ਹੈਗੇ ਆ। ਸੋ ਤੁਸੀਂ ਬਹੁਤ ਘੱਟ ਦੇਖੋਗੇ ਵੀ ਜਿਹੜੇ ਐਮਾਜ਼ੋਨ ਦੇ ਟਰੱਕ ਆ ਹੁਣ ਇੰਡੀਪੈਂਡੈਂਟ ਜੋ ਆ ਉਹ ਪੁੱਲ ਕਰਦੇ ਹੈਗੇ ਆ। ਐਮਾਜ਼ੋਨ ਡਾਇਰੈਕਟਲੀ ਚਾਈਨਾ ਤੋਂ ਸਮਾਨ ਲਿਆਂਦਾ ਤੇ ਸ਼ਿਪ ਕਰਦਾ ਸੈਲਰਸ ਨੂੰ ਵੇਅਰ ਹਾਊਸ ਤੋਂ। ਹੁਣ ਇੱਕ ਇਹ ਵੀ ਰੀਜ਼ਨ ਹੈਗਾ ਵੀ ਪਹਿਲਾਂ ਜੋ ਵੇਅਰ ਹਾਊਸ ਸੀ ਪੂਰੇ ਦਾ ਪੂਰਾ ਟਰੱਕ ਭਰ ਕੇ ਲਿਆਂਦੇ ਸੀ ਕਿਸੇ ਵੀ ਸਮਾਨ ਦਾ, ਹੁਣ ਕਿਉਂਕਿ ਲੋਜਿਸਟਿਕ ਸੋਫਟਵੇਅਰ ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਦੇ ਆ, ਬੜਾ ਸਮੂਥਲੀ ਕਹਿੰਦੇ ਇਹ ਚੱਲਦਾ, ਐਫੀਸ਼ੀਐਂਟਲੀ ਚੱਲਦਾ, ਇਹਦੇ ਵਿੱਚ ਜਿੰਨਾ ਸਮਾਨ ਚਾਹੀਦਾ ਉਨਾ ਹੀ ਉਹ ਆਰਡਰ ਕਰਦੇ ਹੈਗੇ ਆ, ਉਨਾ ਹੀ ਉਹਨੀ ਕਸਟਮਰ ਤੱਕ ਜਿਹੜਾ ਪਹੁੰਚਾਉਣਾ ਹੈਗਾ ਆ। ਤੇ ਇੱਕ ਜੇ ਸਿੰਪਲ ਸ਼ਬਦਾਂ 'ਚ ਆਪਾਂ ਕਹਿ ਦਈਏ ਵੀ ਐਮਾਜ਼ੋਨ ਤੇ ਹੋਰ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹ ਟੈਕਨੋਲੋਜੀ ਨੂੰ ਯੂਜ਼ ਕਰ ਰਹੀਆਂ ਸਟ੍ਰੀਮ ਲਾਈਨ ਕਰਨ ਦੇ ਲਈ, ਸਪਲਾਈ ਚੇਨ ਦੇ ਲਈ ਮਿਡਲ ਮੈਨ ਨੂੰ ਕੱਟ ਕਰ ਰਹੀਆਂ ਹੈਗੀਆਂ। ਇਹਦੇ ਲਈ ਜਿਹੜਾ ਇੰਡੀਪੈਂਡੈਂਟ ਟਰੱਕਰ ਕੰਪਨੀਜ਼ ਹੈਗੀਆਂ ਆ ਉਹਨਾਂ ਨੂੰ ਕੰਪੀਟ ਕਰਨਾ ਬਹੁਤ ਔਖਾ ਆ। ਜੀ ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ। ਹਾਂਜੀ ਜੀ ਰਮਨ, ਇਸ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਕਰਦੇ ਹਾਂ ਹਰਜੋਤ ਭਾਈ, ਜਿਹੜੀ ਤੁਸੀਂ ਗੱਲ ਕੀਤੀ ਇਹ ਕੰਪਨੀਆਂ ਮਿਡਲ ਮੈਨ ਨੂੰ ਕੱਟ ਕਰ ਰਹੀਆਂ, ਨਹੀਂ ਮਿਡਲ ਮੈਨ ਨੂੰ ਕੱਟ ਨਹੀਂ ਕਰ ਰਹੀਆਂ, ਇਹ ਖੁਦ ਮਿਡਲ ਮੈਨ ਬਣ ਰਹੀਆਂ, ਮਿਡਲ ਮੈਨ ਦਾ ਹਿੱਸਾ ਰੱਖ ਰਹੇ ਆ। ਇਹ ਨਹੀਂ ਹੈਗਾ ਕਿ ਮਿਡਲ ਮੈਨ ਵਾਲਾ ਹਿੱਸਾ ਜਿਹੜਾ ਉਹ ਕੰਜ਼ਿਊਮਰ ਨੂੰ ਦੇ ਦੇਣਗੇ, ਇਹ ਉਹ ਵੀ ਹਿੱਸਾ ਰੱਖ ਰਹੇ ਆ, ਦੇ ਆਰ ਟ੍ਰਾਇੰਗ ਟੂ ਬੀ ਬੋਥ। ਸੋ ਇਹ ਇੱਥੇ ਇੱਕ ਸਿਚੁਏਸ਼ਨ ਨਹੀਂ ਗੀ, ਆਹ ਹੁਣ ਜਿਹੜੀ ਜਿਹੜੀ ਕਾਨਵੇ ਦੀ ਸਿਚੁਏਸ਼ਨ ਆ, ਹੁਣ ਲੋਕੀ ਕਹਿੰਦੇ ਆ ਕਿ ਇਹ ਜੀ ਡਿਜੀਟਲ ਬ੍ਰੋਕਰ ਆ ਜੀ ਇਹ ਇਹਨਾਂ ਨੇ ਮਿਡਲ ਮੈਨ ਕੱਟ ਕਰਤਾ, ਨਹੀਂ ਮਿਡਲ ਮੈਨ ਨਹੀਂ ਕੱਟ ਕੀਤਾ, ਇਹਨਾਂ ਨੇ ਹੋਰ ਸਕੂਈਜ਼ ਕਰਤਾ ਉਸ ਚੀਜ਼ ਨੂੰ, ਕਿਉਂਕਿ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਬਿਲਕੁਲ ਸਕੂਈਜ਼ ਕਰੀ ਜਾਂਦੇ ਆ ਪ੍ਰੋਫਿਟਸ। ਜੀ ਜੀ ਬਿਲਕੁਲ। ਸੋ ਤੁਸੀਂ ਕਾਲ ਕਰ ਸਕਦੇ ਹੋ ਨੰਬਰ 4682725200, 4082725200। ਰਣਦੀਪ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸੋ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਨਾ ਉਹਨਾਂ ਨੇ ਛੋਟੇ ਬਿਜ਼ਨਸ ਨੂੰ ਬਹੁਤ ਮਾਰਿਆ, ਖਾਸ ਕਰਕੇ ਐਮਾਜ਼ੋਨ ਤੇ ਵਾਲਮਾਰਟ ਨੇ। ਐਮਾਜ਼ੋਨ ਵਾਲਮਾਰਟ ਨੇ ਆਪਣੇ ਵੇਅਰ ਹਾਊਸ ਐਵਰੀ ਸਟੇਟ ਦੇ ਵਿੱਚ, ਲਗਭਗ ਐਵਰੀ ਸ਼ਹਿਰ ਦੇ ਵਿੱਚ ਪੁੱਟ ਕਰ ਦਿੱਤੇ ਆ, ਤੇ ਉਹ ਕਸਟਮਰਸ ਨੂੰ ਆਪਣੇ ਟਰੱਕ ਯੂਜ਼ ਕਰਕੇ ਡਾਇਰੈਕਟਲੀ ਸ਼ਿਪ ਜਿਹੜੇ ਕਰ ਰਹੇ ਹੈਗੇ ਆ। ਸੋ ਤੁਸੀਂ ਬਹੁਤ ਘੱਟ ਦੇਖੋਗੇ ਵੀ ਜਿਹੜੇ ਐਮਾਜ਼ੋਨ ਦੇ ਟਰੱਕ ਆ ਹੁਣ ਇੰਡੀਪੈਂਡੈਂਟ ਜੋ ਆ ਉਹ ਪੁੱਲ ਕਰਦੇ ਹੈਗੇ ਆ। ਐਮਾਜ਼ੋਨ ਡਾਇਰੈਕਟਲੀ ਚਾਈਨਾ ਤੋਂ ਸਮਾਨ ਲਿਆਂਦਾ ਤੇ ਸ਼ਿਪ ਕਰਦਾ ਸੈਲਰਸ ਨੂੰ ਵੇਅਰ ਹਾਊਸ ਤੋਂ। ਹੁਣ ਇੱਕ ਇਹ ਵੀ ਰੀਜ਼ਨ ਹੈਗਾ ਵੀ ਪਹਿਲਾਂ ਜੋ ਵੇਅਰ ਹਾਊਸ ਸੀ ਪੂਰੇ ਦਾ ਪੂਰਾ ਟਰੱਕ ਭਰ ਕੇ ਲਿਆਂਦੇ ਸੀ ਕਿਸੇ ਵੀ ਸਮਾਨ ਦਾ, ਹੁਣ ਕਿਉਂਕਿ ਲੋਜਿਸਟਿਕ ਸੋਫਟਵੇਅਰ ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਦੇ ਆ, ਬੜਾ ਸਮੂਥਲੀ ਕਹਿੰਦੇ ਇਹ ਚੱਲਦਾ, ਐਫੀਸ਼ੀਐਂਟਲੀ ਚੱਲਦਾ, ਇਹਦੇ ਵਿੱਚ ਜਿੰਨਾ ਸਮਾਨ ਚਾਹੀਦਾ ਉਨਾ ਹੀ ਉਹ ਆਰਡਰ ਕਰਦੇ ਹੈਗੇ ਆ, ਉਨਾ ਹੀ ਉਹਨੀ ਕਸਟਮਰ ਤੱਕ ਜਿਹੜਾ ਪਹੁੰਚਾਉਣਾ ਹੈਗਾ ਆ। ਤੇ ਇੱਕ ਜੇ ਸਿੰਪਲ ਸ਼ਬਦਾਂ 'ਚ ਆਪਾਂ ਕਹਿ ਦਈਏ ਵੀ ਐਮਾਜ਼ੋਨ ਤੇ ਹੋਰ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹ ਟੈਕਨੋਲੋਜੀ ਨੂੰ ਯੂਜ਼ ਕਰ ਰਹੀਆਂ ਸਟ੍ਰੀਮ ਲਾਈਨ ਕਰਨ ਦੇ ਲਈ, ਸਪਲਾਈ ਚੇਨ ਦੇ ਲਈ ਮਿਡਲ ਮੈਨ ਨੂੰ ਕੱਟ ਕਰ ਰਹੀਆਂ ਹੈਗੀਆਂ। ਇਹਦੇ ਲਈ ਜਿਹੜਾ ਇੰਡੀਪੈਂਡੈਂਟ ਟਰੱਕਰ ਕੰਪਨੀਜ਼ ਹੈਗੀਆਂ ਆ ਉਹਨਾਂ ਨੂੰ ਕੰਪੀਟ ਕਰਨਾ ਬਹੁਤ ਔਖਾ ਆ। ਜੀ ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ। ਹਾਂਜੀ ਜੀ ਰਮਨ, ਇਸ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਕਰਦੇ ਹਾਂ ਹਰਜੋਤ ਭਾਈ, ਜਿਹੜੀ ਤੁਸੀਂ ਗੱਲ ਕੀਤੀ ਇਹ ਕੰਪਨੀਆਂ ਮਿਡਲ ਮੈਨ ਨੂੰ ਕੱਟ ਕਰ ਰਹੀਆਂ, ਨਹੀਂ ਮਿਡਲ ਮੈਨ ਨੂੰ ਕੱਟ ਨਹੀਂ ਕਰ ਰਹੀਆਂ, ਇਹ ਖੁਦ ਮਿਡਲ ਮੈਨ ਬਣ ਰਹੀਆਂ, ਮਿਡਲ ਮੈਨ ਦਾ ਹਿੱਸਾ ਰੱਖ ਰਹੇ ਆ। ਇਹ ਨਹੀਂ ਹੈਗਾ ਕਿ ਮਿਡਲ ਮੈਨ ਵਾਲਾ ਹਿੱਸਾ ਜਿਹੜਾ ਉਹ ਕੰਜ਼ਿਊਮਰ ਨੂੰ ਦੇ ਦੇਣਗੇ, ਇਹ ਉਹ ਵੀ ਹਿੱਸਾ ਰੱਖ ਰਹੇ ਆ, ਦੇ ਆਰ ਟ੍ਰਾਇੰਗ ਟੂ ਬੀ ਬੋਥ। ਸੋ ਇਹ ਇੱਥੇ ਇੱਕ ਸਿਚੁਏਸ਼ਨ ਨਹੀਂ ਗੀ, ਆਹ ਹੁਣ ਜਿਹੜੀ ਜਿਹੜੀ ਕਾਨਵੇ ਦੀ ਸਿਚੁਏਸ਼ਨ ਆ, ਹੁਣ ਲੋਕੀ ਕਹਿੰਦੇ ਆ ਕਿ ਇਹ ਜੀ ਡਿਜੀਟਲ ਬ੍ਰੋਕਰ ਆ ਜੀ ਇਹ ਇਹਨਾਂ ਨੇ ਮਿਡਲ ਮੈਨ ਕੱਟ ਕਰਤਾ, ਨਹੀਂ ਮਿਡਲ ਮੈਨ ਨਹੀਂ ਕੱਟ ਕੀਤਾ, ਇਹਨਾਂ ਨੇ ਹੋਰ ਸਕੂਈਜ਼ ਕਰਤਾ ਉਸ ਚੀਜ਼ ਨੂੰ, ਕਿਉਂਕਿ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਬਿਲਕੁਲ ਸਕੂਈਜ਼ ਕਰੀ ਜਾਂਦੇ ਆ ਪ੍ਰੋਫਿਟਸ। ਜੀ ਜੀ ਬਿਲਕੁਲ। ਸੋ ਤੁਸੀਂ ਕਾਲ ਕਰ ਸਕਦੇ ਹੋ ਨੰਬਰ 4682725200, 4082725200। ਰਣਦੀਪ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ।